बीती रात फिलौर के सतलुज दरिया उत्ते पैंदे पुल तो एक व्यक्ति ने दरिया विच छाल मार के अपनी जीवन लीला समाप्त कर ली। मृतक व्यक्ति की पहचान सतीश कुमार वासी हैबोवाल लुधियाना वजो हुई। मिली जानकारी के मुताबिक मौके तो लंघ रहे एक राहगीर ने दसे कि वह अपने परिवार नाल लुधियाना तो फिलौर अपने रिश्तेदार के घर आ रहा सी तां पुल ते एक व्यक्ति ने एक्टिवा स्कूटरी रोक के दरिया विच छाल मार दित्ती, जिस तों बाद उसने तुरंत इस दी सूचना फिलौर हाईटेक नाके ते दित्ती। एक्चुअली मैं लुधियाने तों आ रहा सीगा ते असीं जिद्दां ही इत्थों क्रॉस कीता है कर रहे सी ते एक बंदा फटाफट उन्ने आ अपनी एक्टिवा इत्थे अग्गे लगाई है, लगा के एकदम चढ़ के उन्हें छाल मार दित्ती ते मैं आगे जद तक अग्गे जाके रुक के पिछे वापस आया हां ते ओह उन्ना टाइम ओह काफी अग्गे तक जा चुका सी। ਹੁਣ ਪਤਾ ਨਹੀਂ ਹੈ ਕਿ ਉਹ ਵਿਚਾਰਾ ਲਾਈਵ ਹੈ ਜਾਂ ਡੈਡ ਹੋ ਗਿਆ, ਇਹਦੀ ਕੋਈ ਕਨਫਰਮੇਸ਼ਨ ਨਹੀਂ ਹੈ। ਬਟ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਵੀ ਇਨਫੋਰਮ ਕਰਾਂ ਤੇ ਪੁਲਿਸ ਨੂੰ ਵੀ ਇਨਫੋਰਮ ਕਰਾਂ। ਜਿਹੜਾ ਅੱਗੇ ਨਾਕਾ ਮੈਂ ਉੱਥੇ ਵੀ ਰੁਕ ਕੇ ਉਹਨਾਂ ਨੂੰ ਇਨਫੋਰਮ ਕਰਕੇ ਗਿਆ ਸੀ। ਜਦੋਂ ਫਿਲੌਰ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਦੱਸਿਆ ਕਿ ਇਹ ਏਰੀਅਲ ਲੁਧਿਆਣਾ ਪੁਲਿਸ ਅੰਡਰ ਆਉਂਦਾ ਹੈ, ਜਿਸ ਤੇ ਇਸ ਦੀ ਜਾਣਕਾਰੀ ਲੁਧਿਆਣਾ ਪੁਲਿਸ ਨੂੰ ਦਿੱਤੀ ਤਾਂ ਲੁਧਿਆਣਾ ਪੁਲਿਸ ਅੱਧਾ ਘੰਟਾ ਲੇਟ ਮੌਕੇ ਤੇ ਪਹੁੰਚੀ ਤੇ ਉੱਥੋਂ ਇਹ ਕਹਿ ਕੇ ਵਾਪਸ ਚਲੀ ਗਈ ਕਿ ਇਹ ਏਰੀਆ ਸਾਡਾ ਨਹੀਂ ਫਿਲੌਰ ਪੁਲਿਸ ਦਾ ਹੈ। ਜਿਸ ਤੋਂ ਬਾਅਦ ਫਿਲੌਰ ਪੁਲਿਸ ਦੇ SI ਬਲਜੀਤ ਸਿੰਘ ਨੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਲਿਆਂਦਾ ਕਿ ਇਹ ਇਲਾਕਾ ਲੁਧਿਆਣਾ ਪੁਲਿਸ ਅਧੀਨ ਆਉਂਦਾ ਹੈ ਅਤੇ ਆਪਣਾ ਫਰਜ਼ ਸਮਝਦੇ ਹੋਏ ਗੋਤਾਖੋਰਾਂ ਨੂੰ ਫੋਨ ਕਰਕੇ ਬੁਲਾਇਆ ਅਤੇ ਵਿਅਕਤੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੀ ਕਿ ਲਾਸ਼ ਬਰਾਮਦ ਹੋਈ। SI ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ ਸਤੀਸ਼ ਕੁਮਾਰ ਵਾਸੀ ਹੈਬੋਵਾਲ ਲੁਧਿਆਣਾ ਵਜੋਂ ਹੋਈ ਹੈ, ਜਿਸ ਦੇ ਕਿ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ, ਜਿਨ੍ਹਾਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਸਲਾਹ ਮਿਲੀ ਸੀ ਕਿ ਕੋਈ ਲੁਧਿਆਣਾ ਸਾਈਡ ਤੋਂ ਇੱਕ ਆਦਮੀ ਆਪਣੀ ਐਕਟਿਵਾ ਤੇ ਆ ਰਿਹਾ ਸੀ ਤੇ ਉਹਨੇ ਦਰਿਆ ਸਤਲੁਜ ਤੇ ਪੁੱਜ ਕੇ ਤੇ ਐਕਟਿਵਾ ਖੜੀ ਕਰਕੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਹੈ। ਜੋ ਸਲਾਹ ਤੇ ਅਸੀਂ ਮੌਕੇ ਤੇ ਪੁੱਜੇ ਹਾਂ ਤੇ ਮੌਕੇ ਤੇ ਪੁੱਜ ਕੇ ਜੋ ਪਤਾ ਲੱਗਾ ਵਾ ਤੇ ਡੈਡ ਬੋਡੀ ਰਿਕਵਰ ਕਰਾਈ ਗਈ ਗੋਤਾਖੋਰਾਂ ਦੀ ਸਹਾਇਤਾ ਨਾਲ ਤੇ ਬਾਕੀ ਜਿਹੜਾ ਇਹਦਾ ਐਡਰੈਸ ਪਤਾ ਲੱਗਾ ਸਤੀਸ਼ ਕੁਮਾਰ ਸੁਖੇਜਾ ਸਨ ਭਗਵਾਨ ਰਾਮ ਵਾਸੀ ਹੈ ਬੁਆਲ ਕਲਾਂ ਦੁਰਗਾਪੁਰੀ ਲੁਧਿਆਣਾ ਵਾ ਤੇ ਬਾਕੀ ਜੋ ਵਾਰਸਾਂ ਵੱਲੋਂ ਜੋ ਅਗਲੇ ਪਾਸੇ ਆ ਤੁਹਾਨੂੰ ਸਟੇਟਮੈਂਟ ਦਿੱਤੀ ਜਾਂਦੀ ਉਹਦੇ ਮੁਤਾਬਕ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਗਈ। ਉਮਰ ਇਹਦੀ 53 ਸਾਲ ਆ ਔਰ ਕਲੀਨ ਸ਼ੇਪ ਆ। ਬਾਕੀ ਜੋ ਸਟੇਟਮੈਂਟ ਇਹਦੇ ਵਾਰਸਾਂ ਵੱਲੋਂ ਦਿੱਤੀ ਜਾਵੇ ਉਹਦੇ ਮੁਤਾਬਕ ਜਿਹੜੀ ਬਣਦੀ ਕਾਰਵਾਈ ਉਹ ਕਾਰੋਬਾਰ ਅਜੇ ਫਿਲਹਾਲ ਨਹੀਂ ਕੋਈ ਪਤਾ ਲੱਗਾ, ਕੋਈ ਪਤਾ ਲੱਗਾ ਵੀ ਕੋਈ ਸਾਬਣ ਤੋਂ ਵਗੈਰਾ ਦਾ ਕੋਈ ਕੰਮ ਕਰਦੇ ਸੀ। ਇੰਨੀ ਲੇਟ ਆ ਜਿਹੜਾ 7:30 ਵਜੇ ਦੇ ਕਰੀਬ ਰੋਲਾ ਪੈ ਰਿਹਾ, ਲੇਟ ਦਾ ਕਾਰਨ ਕੋਈ ਨੀ। ਵੇਖੋ ਅਸੀਂ ਤੁਰੰਤ ਮੌਕੇ ਤੇ ਪੁੱਜੇ ਆ, ਮੌਕੇ ਤੇ ਪੁੱਜ ਕੇ ਗੋਤਾਖੋਰਾਂ ਨੂੰ ਬੁਲਾਇਆ ਗਿਆ, ਉਹਨਾਂ ਦੀ ਸਹਾਇਤਾ ਲੈ ਕੇ ਉਹਨਾਂ ਨੇ ਡੈਡ ਬੋਡੀ ਰਿਕਵਰ ਕਰਾਈ ਗਈ ਆ। ਕਿੰਨਾ ਕੁ ਟਾਈਮ ਲੱਗ ਗਿਆ ਸਰ ਡੈਡ ਬੋਡੀ ਬਾਹਰ? ਫਿਰ ਵੇਖੋ ਦਰਿਆ ਵਾ, ਦਰਿਆ ਦੇ ਵਿੱਚ ਸੱਚ ਕਰਕੇ ਕੱਢੀ ਗਈ ਆ, 2-2.5 ਘੰਟੇ ਲੱਗ ਗਏ ਕਿਸੇ ਨੂੰ। ਜ਼ਿਕਰਯੋਗ ਹੈ ਕਿ ਇਹੋ ਜਿਹੀਆਂ ਅਣਸੁਖਾਵੀਆਂ ਘਟਨਾਵਾਂ ਅਕਸਰ ਦਰਿਆ ਤੇ ਵਾਪਰਦੀਆਂ ਰਹਿੰਦੀਆਂ ਹਨ ਅਤੇ ਅਕਸਰ ਫਿਲੌਰ ਪੁਲਿਸ ਤੇ ਲੁਧਿਆਣਾ ਪੁਲਿਸ ਹੱਦਬੰਦੀ ਨੂੰ ਲੈ ਕੇ ਉਲਝੀ ਰਹਿੰਦੀ ਹੈ। ਇਸ ਘਟਨਾ ਤੋਂ ਬਾਅਦ ਵੀ ਜੇਕਰ ਪੁਲਿਸ ਹੱਦਬੰਦੀ ਵਿੱਚ ਉਲਝਣ ਦੀ ਜਗ੍ਹਾ ਸਮੇਂ ਸਿਰ ਗੋਤਾਖੋਰਾਂ ਨੂੰ ਬੁਲਾ ਲੈਂਦੀ ਤਾਂ ਹੋ ਸਕਦਾ ਸੀ ਕਿ ਵਿਅਕਤੀ ਦੀ ਜਾਨ ਬਚ ਜਾਂਦੀ। ਮੈਂ MCO ਫਿਲੌਰ ਤੋਂ ਐਕਟਰ ਤੇ ਗੋਤਾਖੋਰੀ ਦੇ ਜਿੰਨੇ ਵੀ ਆਪਣੇ ਮੁੰਡੇ ਆ, ਟੀਮ ਆ ਸਾਡੀ ਪੂਰੀ, ਇਹ ਰਿੰਕੂ ਭਰਾ ਆਪਣਾ, ਉਹ ਲੰਬੂ ਜੀ ਖੜੇ ਆਪਣੀ, ਇਹ ਪੂਰੀ ਟੀਮ ਆ ਆਪਣੀ। ਸਾਨੂੰ ਥੋੜ੍ਹੇ ਦੇਰ ਪਹਿਲਾਂ SHO ਫਲੋਰ ਦਾ ਵੀ ਤਾਂ SHO ਲੱਡੂਵਾਲ ਦਾ ਵੀ ਫੋਨ ਆਇਆ ਵੀ ਇੱਦਾਂ ਦਾ ਕਰਕੇ ਪੁਲ ਦੇ ਉੱਤੋਂ ਬੰਦੇ ਨੇ ਛਾਲ ਮਾਰ ਦਿੱਤੀ ਹੈਗੀ। ਅਸੀਂ ਉਸ ਬੇਸ ਦੇ ਨਾਲ ਫਟਾਫਟ ਆਪਣੀ ਟੀਮ ਲੈ ਕੇ ਨੱਠਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਆਪਣੇ ਭਰਾਵਾਂ ਦਾ, ਪੱਤਰਕਾਰਾਂ ਦਾ ਵੀ ਫੋਨ ਆਇਆ ਵੀ ਇੱਦਾਂ ਦਾ ਕਰਕੇ ਇੱਥੇ ਬੰਦਾ ਡੁੱਬ ਗਿਆ, ਰਿੰਕੂ ਨੂੰ ਵੀ ਫੋਨ ਆਇਆ, ਲੰਬੂ ਭਰਾ ਨੂੰ ਵੀ ਫੋਨ ਆਇਆ। ਅਸੀਂ ਇੱਥੇ ਫਟਾਫਟ ਨੱਠੇ ਆਪਣੀ ਟੀਮ ਲੈ ਕੇ ਤੇ ਅਸੀਂ ਆਹ ਕੋਸ਼ਿਸ਼ ਕੀਤੀ ਫਟਾਫਟ, ਕਿਆ ਪਤਾ ਸਾਨੂੰ ਬੰਦਾ ਜੀਦਾ ਮਿਲ ਜਾਵੇ। ਆਪਣੇ ਵੱਲ ਅਸੀਂ ਆਏ ਤਾਂ ਦੇਖਿਆ ਤਾਂ ਮੂੰਹ ਨੀਚੇ ਸੀ ਬੰਦੇ ਦਾ, ਪੂਰਾ ਡੈਡ ਸੀ। ਅਸੀਂ ਆਉਂਦੇ ਪਹਿਲਾਂ ਇਹੀ ਚੈੱਕ ਕੀਤਾ ਵੀ ਬੰਦਾ ਮਾੜੇ ਜਿਹੇ ਸਾਹ ਹੋਣ ਤਾਂ ਅਸੀਂ ਇਹਨੂੰ ਫਟਾਫਟ ਰੈਫਰ ਕਰ ਸਕਦੇ ਹਾਂ, ਪਰ ਨਹੀਂ, ਉਹ ਡੈਡ ਹੋ ਚੁੱਕਿਆ ਸੀ। ਤੇ ਅਸੀਂ ਇਹੀ ਮੰਗ ਕਰਾਂਗੇ ਸਰਕਾਰ ਕੋਲੋਂ ਵੀ ਸਾਡਾ ਵੀ ਕੁਛ ਸੋਚਿਆ ਜਾਵੇ, ਜਿੰਨੇ ਵੀ ਗੋਤਾਖੋਰ ਆ ਅਸੀਂ ਹਰੇਕ ਜਗ੍ਹਾ ਤੇ ਬੰਦਿਆਂ ਨਾਲ ਬਹਿੰਦੇ ਹਾਂ ਵੀ ਸਾਨੂੰ ਖਰਚਾ ਦਿਓ, ਆਹ ਕਰੋ, ਅਸੀਂ ਪ੍ਰਾਈਵੇਟ ਹਾਂ। ਪਰ ਅਸੀਂ ਬਹੁਤ ਵਾਰੀ ਮੰਗ ਕਰ ਚੁੱਕੇ ਹਾਂ, ਬਹੁਤ ਵਾਰੀ, ਹਜ਼ਾਰਾਂ ਵਾਰੀ ਮੰਗ ਕਰ ਚੁੱਕੇ, ਸਰਕਾਰ ਸਾਡੀ ਕੁਛ ਨਹੀਂ ਸੁਣਦੀ। ਅਸੀਂ ਕਿੰਨੇ ਵਾਰੀ ਕਹਿ ਚੁੱਕੇ ਹਾਂ ਵੀ ਤੁਸੀਂ ਪਹਿਲਾਂ ਬੋਡੀ ਲੱਭਣ ਦਾ ਕੋਸ਼ਿਸ਼ ਕਰਿਆ ਕਰੋ, ਬਾਅਦ ਚੋਂ ਆਪਣਾ ਦੇਖ ਲਿਆ ਕਰੋ ਵੀ ਨਕਸ਼ੇ 'ਚ ਕਿਹਦਾ ਆਉਂਦਾ ਵਾ। ਇਹ ਵੀ ਹੋ ਸਕਦਾ ਜੇ ਬੁਰਜੀ ਬਣਾ ਦੇਣਗੇ, ਉਹ ਸਰ ਅਸੀਂ ਕਹਿ ਚੁੱਕੇ ਹਾਂ, ਬੁਰਜੀ ਦਾ ਬਹੁਤ ਵਾਰੀ ਕਹਿ ਚੁੱਕੇ ਹਾਂ, ਲੋਡੂਵਾਲ ਨੂੰ ਵੀ, ਫਲੋਰ ਨੂੰ ਵੀ, ਪਰ ਇਹ ਉਸ ਟਾਈਮ ਕਹਿ ਦਿੰਦੇ ਹਾਂਜੀ ਅਸੀਂ ਕਰਾਂਗੇ ਤੇ ਬਾਅਦ ਚੋਂ ਕੋਈ ਨਹੀਂ ਸੁਣਾਈ ਹੁੰਦੀ।